ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਲੈ ਕੇ ਹਾਜ਼ਰ ਹਾਂ ਦੀ ਖਾਸ ਖਬਰ। ਪਿਛਲੇ ਦਿਨੀ ਗੜਸ਼ੰਕਰ ਸ਼ਹਿਰ ਵਿਖੇ ਇੱਕ ਸੁਨਿਆਰੇ ਕੋਲੋਂ ਲੱਖਾਂ ਦੇ ਗਹਿਣੇ, ਨਕਦੀ ਅਤੇ ਕਾਰ ਲੈ ਕੇ ਫਰਾਰ ਹੋਣ ਵਾਲੇ ਮਾਮਲੇ ਨੂੰ ਹੱਲ ਕਰਦਿਆਂ ਪੁਲਿਸ ਨੇ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਕਥਿਤ ਦੋਸ਼ੀਆਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਪੁਲਿਸ ਨੇ ਕਰੀਬ 3 ਮਹੀਨੇ ਪਹਿਲਾਂ ਗੜਸ਼ੰਕਰ ਸ਼ਹਿਰ ਦੇ ਨੰਗਲ ਚੌਂਕ 'ਚ ਇੱਕ ਸੁਨਿਆਰੇ ਦੀ ਮਦਦ ਕਰਨ ਦੇ ਬਹਾਨੇ ਲੱਖਾਂ ਦੇ ਗਹਿਣੇ, ਨਕਦੀ ਅਤੇ ਸਵਿਫਟ ਕਾਰ ਲੈ ਕੇ ਫਰਾਰ ਹੋਣ ਵਾਲੇ ਮਾਮਲੇ ਨੂੰ ਸੁਲਝਾ ਲਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਨੇ ਦੱਸਿਆ ਕਿ 3 ਅਕਤੂਬਰ ਦੀ ਰਾਤ ਨੂੰ ਗੜਸ਼ੰਕਰ ਸ਼ਹਿਰ ਦੇ ਨੰਗਲ ਚੌਂਕ 'ਚ ਇੱਕ ਸੁਨਿਆਰ ਦੀ ਖਰਾਬ ਗੱਡੀ ਨੂੰ ਧੱਕਾ ਲਗਾ ਕੇ ਸਟਾਰਟ ਕਰਨ ਦੇ ਬਹਾਨੇ ਇੱਕ ਨੌਸਰਬਾਜ ਗਹਿਣਿਆਂ, ਨਕਦੀ ਅਤੇ ਕਾਰ ਸਮੇਤ ਫਰਾਰ ਹੋ ਗਏ ਸੀ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਉੱਚ ਅਧਿਕਾਰੀਆਂ ਦੀ ਅਗਵਾਈ 'ਚ ਇੱਕ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ। ਇਨਵੈਸਟੀਗੇਸ਼ਨ ਟੀਮ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਹੋਇਆਂ ਉਕਤ ਘਟਨਾ 'ਚ ਸ਼ਾਮਲ 3 ਦੋਸ਼ੀਆਂ ਪ੍ਰਦੀਪ ਕੁਮਾਰ, ਯੋਗੇਸ਼ ਕੁਮਾਰ ਅਤੇ ਰਾਕੇਸ਼ ਕੁਮਾਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਤਿੰਨੋਂ ਕਥਿਤ ਦੋਸ਼ੀਆਂ ਤੋਂ ਕੁੱਲ 139 ਗ੍ਰਾਮ ਸੋਨਾ, 5,17,000 ਦੀ ਨਕਦੀ, 1 ਬੁਲਟ ਮੋਟਰਸਾਈਕਲ ਅਤੇ 1 ਸਵਿਫਟ ਕਾਰ ਬਰਾਮਦ ਕੀਤੀ ਹੈ। ਉਹਨਾਂ ਦੱਸਿਆ ਕਿ ਹੋਰ ਜਾਣਕਾਰੀ ਲਈ ਕਥਿਤ ਦੋਸ਼ੀਆਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਚੁੱਕਾ ਹੈ। ਜਿਹੜੇ ਲੁੱਟ ਖੋਹ ਕੰਟਰੋਲ ਕਰਨੇ ਕੇ ਲਈ ਮੇਰੇ ਵੱਲੋਂ ਟੀਮ ਬਣਾਈ ਗਈ ਥੀ, ਜਿਸ ਮੈਂ SPD, SP ਹੈਡਕੁਆਰਟਰ, DSPD, DSP ਗੜਸ਼ੰਕਰ, ਇੰਚਾਰਜ CIA ਅਤੇ SHO ਗੜਸ਼ੰਕਰ, ਇਹਨਾਂ ਨੇ ਵਧੀਆ ਉਪਰਾਲੇ ਕਰਕੇ ਅਤੇ ਇੱਕ ਆਪਣਾ 3 ਅਕਤੂਬਰ ਦਾ ਕੇਸ ਸੀਗਾ FIR, ਜਿਸ ਮੈਂ ਇੱਥੇ ਸ਼ਹਿਰ ਕੇ ਲੋਕ ਜਵੈਲਰ ਹੈ ਬੱਗਾ ਜਵੈਲਰ, ਉਹਨਾਂ ਦੀ ਗੱਡੀ ਖੋਹ ਹੋਈ ਸੀ, ਨਾਲ ਜੁਐਲਰੀ, ਨਾਲ ਉਹਨਾਂ ਦੇ ਕੈਸ਼ ਸੀਗਾ। ਅਤੇ ਉਹੀ ਲੜੀਵਾਰ ਵਿੱਚ ਪੁਲਿਸ ਨੇ ਕਾਮਯਾਬੀ ਹਾਸਿਲ ਕੀ ਅਤੇ ਅਸੀਂ 3 ਬੰਦੇ ਫੜ ਲਿੱਤੇ, ਜਿਹੜੇ ਪੋਜੇਵਾਲ ਥਾਣਾ, ਸਬ ਡਿਵੀਜ਼ਨ ਬੱਲਾ ਚੌਕ, ਜ਼ਿਲ੍ਹਾ ਨਵਾਂ ਸ਼ਹਿਰ ਕੇ ਰਹਿਣ ਵਾਲੇ ਹਾਂ। ਐਂਡ ਇਹਨਾਂ ਦੇ ਨਾਮ ਹੈ ਪ੍ਰਦੀਪ ਕੁਮਾਰ ਉਫ ਵਿੱਕੀ, ਯੋਗੇਸ਼ ਕੁਮਾਰ ਉਫ ਕਾਕੂ ਅਤੇ ਰਾਕੇਸ਼ ਕੁਮਾਰ ਉਫ ਦੇਸਰਾਜ, ਜਿਹੜਾ ਜੁਐਲਰ ਹੈ ਜਿਹਨੇ ਚੋਰੀ ਦਾ ਸਮਾਨ ਖਰੀਦਿਆ ਸੀਗਾ। ਅਤੇ ਓਵਰਆਲ ਰਿਕਵਰੀ ਜਿਹੜੀ ਹੋਈ ਹੈ ਤਕਰੀਬਨ 14 ਤੋਲੇ ਸੋਨਾ, 5,17,000 ਰੁਪਏ, 1 ਬੁਲਟ ਮੋਟਰਸਾਈਕਲ, 1 ਸਵਿਫਟ ਗੱਡੀ ਜਿਹੜੀ ਮੇਨ ਗੱਡੀ ਬਿਲੋਂਗ ਕਰਦੀ ਸੀਗੀ ਜੁਐਲਰਸ ਦੀ, ਜੋ ਚੋਰੀ ਹੋਈ ਸੀਗੀ, ਅਤੇ ਨਾਲ 10 ਕਿਲੋਗ੍ਰਾਮ ਚਾਂਦੀ, ਜਿਹਨਾਂ ਦਾ ਓਵਰਆਲ ਜਿਹੜਾ ਟੋਟਲ ਐਸਟੀਮੇਟ ਹੈ ਤਕਰੀਬਨ 15 ਲੱਖ ਰੁਪਏ ਬਣਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕੁਛ ਬਣੀਆਂ ਸੀ ਕੁਛ ਇਸਮੇ? ਜਿਵੇਂ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੀ ਮੈਂ ਬਤਾਉਣਾ ਚਾਹੁੰਦਾ ਤੁਹਾਨੂੰ, ਜਿਹੜਾ SHO ਪੋਜੇਵਾਲ ਲਗਾ, ਮੇਰੀ ਹੁਣੀ SSP ਨਵਾਂ ਸ਼ਹਿਰ ਨਾਲ ਗੱਲ ਹੋਈ ਹੈ, ਉਸ 'ਤੇ ਕਰਪਸ਼ਨ ਦਾ ਪਰਚਾ ਕਰਨ ਲੱਗੇ, ਕਿਉਂਕਿ ਉਹਨੇ ਬੰਦੇ ਫੜ ਕੇ 3.5 ਲੱਖ ਰੁਪਏ ਲੈ ਕੇ ਅਤੇ ਛੱਡ ਦਿੰਦੇ ਸੀਗੇ ਇਹ ਬੰਦੇ। ਪੁਲਿਸ ਵੱਲੋਂ ਆਰੋਪੀਆਂ ਤੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਆਸ ਹੈ। ਹੁਸ਼ਿਆਰਪੁਰ ਤੋਂ ਸੁਖਵਿੰਦਰ ਕੁੰਨੀ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।